हाँ जी सत श्री अकाल दोस्तों, अज 7 जनवरी है ते अज मैं जा रहा डलहौजी ते उत्थे स्नो पई हुई है ते आओ मानते हैं सफर का आनंद। हाँ जी दोस्तों, सो बस में बैठ गया हुआ हूँ, बस से ट्रैवल करांगे जलंधर तक का सफर पहला करना है, फिर उस तो बाद जलंधर तो पठानकोट, पठानकोट तो फिर डलहौजी। सो आओ रास्ता देखते हैं कि हाँ जी दोस्तों, थोड़ी वीडियो साफ नहीं आ रही, हूँ मैं पठानकोट पहुँच चुका हुआ। 1 बजे 12:30 बजे तुरे से तकरीबन मौके तो 6 बज चुके हैं, 6:15 का टाइम हो चुका है। तो हूँ किन्ने बजे तक डलहौजी पहुँचती है देखते हैं। इतों बनीखेत तक की बस में बैठ चुका हुआ, हूँ नैक्सट राइड करते हैं। तो हनेरा हो चुका काफ़ी। हाँ जी दोस्तों, बनीखेत पहुँच चुका है बस स्टैंड के उत्ते, पठानकोट तो बनीखेत तक आई है, अगे चंबे वालों गई है।
ਤੇ ਹੁਣ ਅੱਗੇ ਡਲਹੌਜ਼ੀ ਜਾਊਂਗਾ ਬੱਸ ਲੈ ਕੇ, ਤੇ ਡਲਹੌਜ਼ੀ ਬੱਸ ਸਟੈਂਡ ਤੋਂ ਮੇਰੇ ਦੋਸਤ ਮੈਨੂੰ ਪਿਕਅਪ ਕਰਨਗੇ। ਹਾਂਜੀ ਦੋਸਤੋ, ਸੋ ਮੈਂ ਬਣੀਖੇਤ ਰੁਕਿਆ ਸੀਗਾ ਤੇ ਉੱਥੇ ਕੋਈ ਬੱਸ ਨਹੀਂ ਸੀ ਆ ਰਹੀ, ਤੇ ਫਿਰ ਮੇਰੇ ਸਭ ਤੋਂ ਪਹਿਲਾਂ ਵੀਰ ਜੀ ਨਾਲ ਗੱਲ ਕੀਤੀ, ਇਹਨਾਂ ਨੇ ਹੈਲਪ ਕੀਤੀ। ਵੀਰ ਜੀ ਤੁਹਾਡਾ ਨਾਂ ਹਾਲੇ ਵੀ ਨਹੀਂ ਪੁੱਛਿਆ। ਹਰਜੋਤ ਨਾਮ ਹੈ ਮੇਰਾ, ਹਰਜੋਤ ਨਾਮ ਹੈ। ਤੇ ਇਹ ਵੀਰ ਜੀ ਨਾਲ ਗੱਲ ਕੀਤੀ ਤੇ ਫਿਰ ਇਹਨਾਂ ਨੇ ਮੇਰੀ ਹੈਲਪ ਕੀਤੀ, ਤੇ ਨਾਲ ਇਹ ਭਾਜੀ ਵਰੁਣ ਜੀ। ਹਾਂਜੀ ਦੋਸਤੋ, ਸੋ ਐਪਸ ਹੋਟਲ ਪਹੁੰਚ ਚੁੱਕਾ ਹੋਇਆ ਹੈ, ਤੇ ਬ੍ਰਦਰ ਗੋਬਿੰਦ ਹੈਲੋ ਇਹ ਮਿਲ ਗਿਆ ਹੋਇਆ ਆਪਾਂ ਨੂੰ, ਤੇ ਇਸਨੇ ਇਹ ਹੋਟਲ ਬੁੱਕ ਕਰਾਇਆ ਹੀ ਨਹੀਂ। ਮੈਨੂੰ ਪਤਾ ਹੁਣ ਕਿੰਨਾ ਮਹਿੰਗਾ ਜਾਂ ਸਸਤਾ ਜਾਂ ਫ੍ਰੀ ਹੈ ਵੀ ਨਹੀਂ ਪਤਾ ਗਾ, ਜੇ ਹੋ ਸਕਦਾ ਫਿਰ ਸਰਪ੍ਰਾਈਜ਼ ਦੇ ਭਾਜੀ ਦਾ ਫ੍ਰੀ ਸੀਗਾ। ਬਾਹਰ ਦਾ ਵਿਊ ਵੀ ਸੋਹਣਾ ਹੈਗਾ, ਤੁਸੀਂ ਬਾਹਰ ਦਾ ਵਿਊ ਦੇਖ ਸਕਦੇ ਹੋ, ਬਹੁਤ ਵਧੀਆ ਬਾਹਰ ਦਾ ਵਿਊ, ਸਾਰਾ ਬਾਹਰ ਦਾ ਵਿਊ। ਫਾਇਰ ਬੌਂਡ ਹੋ ਰਹੀ ਹੈ ਦੇਖੋ। ਬਾਥਰੂਮ ਵੀ ਠੀਕ ਹੈ, ਠੀਕ ਹੈ ਐਂਡ ਕਰ ਦੋ ਹਾਂ ਠੀਕ ਹੈ ਮੰਗਵਾ ਦੋ ਹਾਂ ਠੀਕ ਹੈ ਥੈਂਕ ਯੂ। ਇਹਦੀ ਡਾਇਟ ਕਿੱਥੋਂ ਚੱਕਦੀ ਆ? ਬਹੁਤ ਵਧੀਆ ਬਹੁਤ ਵਧੀਆ। ਹਾਂਜੀ ਦੋਸਤੋ, ਸੋ ਹੁਣ ਹੋਟਲ ਰੂਮ ਦੇ ਵਿੱਚ ਬੈਠੇ ਹਾਂ ਤੇ ਕੱਲ ਦੀ ਪਲੈਨਿੰਗ ਹੋ ਰਹੀ ਹੈ, ਸੋ ਹੁਣ ਗੋਬਿੰਦ ਭਾਈ ਦੱਸਣਗੇ ਕਿੱਥੇ ਕਿੱਥੇ ਘੁੰਮਣਾ। ਭਾਜੀ ਵੀਰ ਜੀ, ਅਸੀਂ ਤਾਂ ਸਾਡਾ ਪਲਾਨ ਬਣ ਰਿਹਾ, ਅਸੀਂ ਜਾ ਰਹੇ ਹਾਂ ਸ਼ਾਇਦ ਕੱਲ ਗੰਜੀ ਪਹਾੜੀ ਦਾ ਟਰੈਕ ਮਨਾਵਾਂ। ਗੰਜੀ ਪਹਾੜੀ ਸ਼ਾਇਦ ਕੁਝ ਲੋਕਾਂ ਨੇ ਸੁਣਿਆ ਤੇ ਕੁਝ ਨੇ, ਬਹੁਤ ਘੱਟ ਲੋਕਾਂ ਨੇ ਸੁਣਿਆ ਮੇਰੇ ਖਿਆਲ ਚ। ਹਾਂਜੀ ਬਹੁਤ, ਕਹਿੰਦੇ ਬਹੁਤ ਟਰੈਕਿੰਗ ਹੁੰਦੀ ਹੈ ਉੱਥੇ ਗੰਜੀ ਪਹਾੜੀ ਤੇ, ਟਰੈਕਿੰਗ ਵਾਲਾ ਹੈ। ਸੋ ਹੋਰ ਇਸ ਤੋਂ ਇਲਾਵਾ ਹੋਰ ਕਿੱਥੇ ਲੈ ਕੇ ਜਾਣਾ? ਤੇ ਫਿਰ ਉੱਪਰ ਜਾਏਂਗੇ ਅਸੀਂ ਡੈਨਕੁੰਡ ਪੀਕ ਜਾਏਂਗੇ ਅਸੀਂ। ਡੈਨਕੁੰਡ ਪੀਕ? ਹਾਂਜੀ ਉੱਥੇ 360 ਦਾ ਯਾਨੀ ਪੂਰਾ ਵਧੀਆ ਵਿਊ ਹੈਗਾ ਉੱਥੇ ਤੁਹਾਨੂੰ ਪੂਰਾ ਪੰਜਾਬ, ਸੋਰੀ ਪਠਾਨਕੋਟ, ਓਕੇ ਓਕੇ ਤਿੰਨ ਸਟੇਟ ਦੇ, ਤਿੰਨ ਸਟੇਟ ਦੇ ਤੁਹਾਨੂੰ ਠੀਕ ਹੈ। ਉੱਥੇ ਸਨੋ ਹੋਏਗੀ? ਉੱਥੇ ਉੱਥੇ ਹੋਣੀ ਸਨੋ, ਉੱਥੇ ਸਨੋ ਹੋਏਗੀ। ਸਨੋ ਦੇ ਵਿੱਚ ਭਾਈ ਅੱਜ ਪੂਰਾ ਲੈ ਕੇ ਜਾਣਗੇ, ਮੈਂ ਪਹਿਲੇ ਕੋਲ ਇੰਜੋਏ ਕਰਾਂਗੇ ਇੱਥੇ, ਕੱਪੜੇ ਮੋਟੇ ਲੈ ਕੇ ਆਇਆ ਮੈਂ ਨਾਲ ਪੂਰੇ। ਤੇ ਇਸ ਦੇ ਨਾਲ ਕਹਿੰਦੇ ਕਿ ਮੌਸਮ ਐਸਾ ਬਣਿਆ ਹੋਇਆ ਕਿ ਰਾਤ ਨੂੰ ਸਨੋ ਪੈ ਸਕਦੀ ਹੈ, ਬਾਕੀ ਦੇਖਦੇ ਹਾਂ ਸਵੇਰੇ ਇੰਜੋਏ ਕਰਦੇ ਹਾਂ। ਸੋ ਮਿਲਦੇ ਹਾਂ ਹੁਣ ਕੱਲ ਨੂੰ। ਹਾਂਜੀ ਬਾਏ।